ਤਾਂ ਦੱਸਦੇ ਕਿ ਪੰਜਾਬ ਦੇ ਦੋ ਨੌਜਵਾਨਾਂ ਤੇ ਹਿਮਾਚਲ ਦੇ ਟੈਕਸੀ ਡਰਾਈਵਰ ਦਾ ਕਤਲ ਕਰਨ ਦੇ ਇਲਜ਼ਾਮ ਲੱਗੇ ਨੇ ਜਿਨ੍ਹਾਂ ਨੂੰ ਕਿ ਮਨਾਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤਾਂ ਵਾਰਦਾ ਦੇ ਪਿੱਛੇ ਪੈਸਿਆਂ ਦੀ ਗੱਲ ਸਾਹਮਣੇ ਆਈ ਹੈ ਤਾਂ ਮਨਾਲੀ ਘੁੰਮਣ ਗਏ ਸੀ ਇਹ ਦੋ ਨੌਜਵਾਨ ਜਿਨ੍ਹਾਂ ਨੂੰ ਕਿ ਹਿਮਾਚਲ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤਾਂ ਮੁਲਜ਼ਮਾਂ ਤੇ ਹਿਮਾਚਲ ਦੇ ਟੈਕਸੀ ਡਰਾਈਵਰ ਹਰੀ ਕਿਸ਼ਨ ਦਾ ਕਤਲ ਕਰਨ ਦੇ ਅਤੇ ਕਿਰਤਪੁਰ ਸ਼ਹਿਰ ਦੇ ਵਿੱਚ ਲਾਸ਼ ਸੁੱਟਣ ਦੇ ਇਲਜ਼ਾਮ ਲੱਗੇ ਨੇ ਜਿਨ੍ਹਾਂ ਨੂੰ ਕਿ ਹਿਮਾਚਲ ਪੁਲਿਸ ਕਿਰਤਪੁਰ ਸਾਹਿਬ ਨਹਿਰ ਤੇ ਉਸ ਜਗ੍ਹਾ ਤੇ ਲੈ ਕੇ ਜਾਂਦੀ ਹੈ ਜਿੱਥੇ ਕਿ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪਰ ਹਾਲੇ ਤੱਕ ਡਰਾਈਵਰ ਹੀਰ ਕਿਸ਼ਨ ਦੀ ਲਾਸ਼ ਦਾ ਪਤਾ ਨਹੀਂ ਲੱਗਿਆ। ਪੁਲਿਸ ਮੁਤਾਬਿਕ ਲੁਧਿਆਣੇ ਦੇ ਰਹਿਣ ਵਾਲੇ ਦੋਵੇਂ ਮੁਲਜ਼ਮਾਂ ਨੇ ਮਨਾਲੀ ਘੁੰਮਣ ਦੇ ਲਈ ਕਿਸੇ ਏਜੰਟ ਕੋਲੋਂ ਟੈਕਸੀ ਬੁੱਕ ਕਰਵਾਈ ਸੀ ਤਾਂ 24 ਜੂਨ ਨੂੰ ਹਰੀ ਕਿਸ਼ਨ ਇਹਨਾਂ ਨੂੰ ਆਪਣੀ ਟੈਕਸੀ 'ਚ ਘੁੰਮਾਉਣ ਦੇ ਲਈ ਨਿਕਲਦਾ ਹੈ ਤਾਂ ਇਸ ਦੌਰਾਨ ਪੈਸਿਆਂ ਨੂੰ ਲੈ ਕੇ ਡਰਾਈਵਰ ਦੇ ਨਾਲ ਕੁਝ ਵਿਵਾਦ ਹੋ ਗਿਆ ਜਿਸ ਤੋਂ ਬਾਅਦ ਮੁਲਜ਼ਮਾਂ ਨੇ ਪਹਿਲਾਂ ਤਾਂ ਬਿਲਾਸਪੁਰ ਦੇ ਨੇੜੇ ਡਰਾਈਵਰ ਦਾ ਗਲਾ ਘੋਟਿਆ ਅਤੇ ਫਿਰ ਪੱਥਰਾਂ ਨਾਲ ਵਾਰ ਕਰਕੇ ਉਸ ਨੂੰ ਮਾਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਮੁਲਜ਼ਮਾਂ ਨੇ ਪਹਿਲਾਂ ਤਾਂ ਲਾਸ਼ ਨੂੰ ਸ਼ਿਮਲਾ ਰੋਡ 'ਤੇ ਟਿਕਾਣੇ ਲਾਉਣ ਦਾ ਪਲਾਨ ਬਣਾਇਆ ਪਰ ਕੋਈ ਸਹੀ ਥਾਂ ਨਾ ਮਿਲਣ ਕਰਕੇ ਉਹਨਾਂ ਲਾਸ਼ ਕਿਰਤਪੁਰ ਸਾਹਿਬ ਨਹਿਰ ਦੇ ਵਿੱਚ ਸੁੱਟ ਦਿੱਤੀ। ਫਿਲਹਾਲ ਹਾਲੇ ਤੱਕ ਟੈਕਸੀ ਡਰਾਈਵਰ ਦੀ ਲਾਸ਼ ਨਹੀਂ ਮਿਲੀ ਜਿਸ ਨੂੰ ਬਰਾਮਦ ਕਰਨ ਦੇ ਲਈ ਲਗਾਤਾਰ ਪੁਲਿਸ ਭਾਲ ਕਰ ਰਹੀ ਹੈ। ਜੀ ਇਸਮੇ 25 ਜੂਨ ਕੋ ਇੱਕ ਜੋ ਟੈਕਸੀ ਚਾਲਕ ਹੈ ਹਰੀ ਕ੍ਰਿਸ਼ਨ ਜਿਨਕਾ ਨਾਮ ਹੈ ਉਹ ਮਨਾਲੀ ਸੇ ਜੋ ਹੈ ਦੋ ਪੈਸੇਂਜਰ ਕੋ ਦੋ ਟੂਰਿਸਟ ਕੋ ਲੇਕਰ ਕੇ ਆਇਆ ਥਾ ਔਰ ਰਾਸਤੇ ਮੇਂ ਜੋ ਹੈ ਇਹ ਦੋ ਟੂਰਿਸਟ ਜੋ ਹੈ ਇਹ ਲੁਧਿਆਣਾ ਨਿਵਾਸੀ ਹੈ ਇਸਮੇ ਇੱਕ ਕਾ ਨਾਮ ਜੋਤ ਕਰਕੇ ਔਰ ਦੂਸਰਾ ਜੋ ਹੈ ਗੁਰਪ੍ਰੀਤ ਕਰਕੇ ਇਹ ਦੋਨੋ ਜੋ ਹੈ ਇਸਮੇ ਟੈਕਸੀ ਮੇਂ ਸਵਾਰ ਥੇ ਔਰ ਰਾਸਤੇ ਮੇਂ ਜੋ ਹੈ ਇੱਕ ਵਿਅਕਤੀ ਨੇ ਇਸਮੇਂ ਜੋ ਹੈ ਇਸ ਟੈਕਸੀ ਕੋ ਚਲਾਨੇ ਕੇ ਲੀਏ ਆਪਣੇ ਪਾਸ ਲੈ ਲੀ ਔਰ ਇਸਕੋ ਲੇਕਰ ਕੇ ਜਬ ਇਹ ਬਿਲਾਸਪੁਰ ਕੇ ਖੇਤਰ ਮੇਂ ਕਈ ਇੱਕ ਜਗ੍ਹਾ ਪੇ ਆਏ ਵਹਾਂ ਪਰ ਇਹਨੋਨੇ ਜੋ ਹੈ ਗਾੜੀ ਕੋ ਰੋਕਾ ਔਰ ਉਸਕੇ ਬਾਅਦ ਇੱਕ ਪਿੱਛੇ ਇਨਕਾ ਜੋ ਇਸਕਾ ਜੋ ਇੱਕ ਸਾਥੀ ਥਾ ਪਿੱਛੇ ਬੈਠਾ ਥਾ ਉਸਨੇ ਇਸਕੇ ਗਲੇ ਮੇਂ ਜੋ ਹਾਥ ਮੇਂ ਲਿਆ ਇੱਕ ਗਮਛਾ ਟਾਈਪ ਥਾ ਉਹ ਗਲੇ ਸੇ ਜੋ ਗਲੇ ਮੇਂ ਸਟੈਗੁਲੇਸ਼ਨ ਕੀਆ ਔਰ ਸਾਥ ਮੇਂ ਜੋ ਹੈ ਵਹੀਂ ਸੇ ਹੀ ਦੂਸਰੇ ਨੇ ਪੱਥਰ ਉਠਾਏ ਔਰ ਪੱਥਰ ਕਾ ਵਾਰ ਜੋ ਸਿਰ ਪੇ ਕੀਆ ਔਰ ਇਨਕੇ ਅਨੁਸਾਰ ਜੋ ਹੈ ਵਹੀਂ ਪਰ ਹੀ ਉਸੇ ਮ੍ਰਿਤ ਕਰ ਦਿਆ ਥਾ ਉਸਕੇ ਬਾਅਦ ਬੋਡੀ ਕੋ ਡਿਸਪੋਜ ਆਫ ਕਰਨੇ ਕੇ ਲੀਏ ਇਹ ਬਿਲਾਸਪੁਰ ਸੇ ਜੋ ਹੈ ਪਹਿਲੇ ਸ਼ਿਮਲਾ ਕੀ ਤਰਫ ਕੋ ਗਏ ਲੇਕਿਨ ਇਹਨੇ ਕਹੀਂ ਐਸੀ ਕੋਈ ਮਹਿਫੂਜ਼ ਜਗ੍ਹਾ ਨਹੀਂ ਮਿਲ ਰਹੀ ਥੀ ਔਰ ਉਸਕੇ ਪਸ਼ਚਾਤ ਇਹ ਟਰੱਕ ਕਾ ਉਹ ਇਸ਼ਾਰਾ ਲੇ ਕਰਕੇ ਟਰੱਕੋਂ ਕੀ ਲਾਈਨ ਕੇ ਸੇ ਆਤੇ ਹੋਏ ਯਹਾਂ ਪਰ ਕੀਰਤਪੁਰ ਖੇਤਰ ਮੇਂ ਇਹਨਾਂ ਨੇ ਬਤਾਇਆ ਕਿ ਇੱਕ ਨਹਿਰ ਮੇਂ ਨਹਿਰ ਕੇ ਕਿਨਾਰੇ ਇਹਨਾਂ ਨੇ ਉਸ ਜੋ ਟੈਕਸੀ ਥੀ ਉਸਕੋ ਖੜਾ ਕੀਆ ਔਰ ਜੋ ਉਹਨਾਂ ਨੇ ਜੋ ਡੈਡ ਬੋਡੀ ਥੀ ਉਹ ਪਿਛਲੀ ਸੀਟ ਪੇ ਰੱਖੀ ਥੀ ਉਸੇ ਨਿਕਾਲ ਕਰ ਨਹਿਰ ਮੇਂ ਉਸਕੋ ਫੇਂਕ ਦਿਆ ਹੈ ਤੋ ਇਹ ਇਹਨਾਂ ਜੋ ਇਨਕੀ ਜੋ ਸਟੇਟਮੈਂਟ ਥੀ ਇਹ ਐਵੀਡੈਂਸ ਐਕਟ ਕੀ ਧਾਰਾ 27 ਕੇ ਅਨੁਸਾਰ ਜੋ ਹੈ ਹਮਨੇ ਇਸਕੋ ਦਰਜ ਕੀਆ ਥਾ ਸੁਬਾਹ ਹੀ ਔਰ ਉਸਕੇ ਆਧਾਰ ਪਰ ਆਜ ਯਹਾਂ ਪਰ ਕੀਰਤਪੁਰ ਮੇਂ ਇਸਕੀ ਨਿਸ਼ਾਨਦੇਹੀ ਦੀ ਗਈ ਹੈ ਔਰ ਗੋਤਾਖੋਰ ਜੋ ਹੈ ਉਸ ਡੈਡ ਬੋਡੀ ਕੀ ਤਲਾਸ਼ ਕਰ ਰਹੇ ਔਰ ਜੋ ਵਿਸ਼ੇਸ਼ਗਿਆ ਹੈ ਉਹ ਮੌਕੇ ਕਾ ਨਿਰੀਖਣ ਕਰ ਰਹੇ ਸਰ ਗ੍ਰਿਫਤਾਰੀ ਕਿਵੇਂ ਹੋਈ ਇਹਨਾਂ ਦੀ ਜਿਵੇਂ ਇਹਨਾਂ ਨੇ ਉਹਦੀ ਹੱਤਿਆ ਕੀਤੀ ਹੈ ਮੁੜ ਕੇ ਗ੍ਰਿਫਤਾਰੀ ਮਾਮਲਾ ਟਰੇਸ ਕਿਸ ਤਰੀਕੇ ਨਾਲ ਇਸਮੇਂ ਜੋ ਇਹਨੋਨੇ ਜਬ ਇਹ ਇਸਕੀ ਜੋ ਬੁੱਕ ਕਰਾਈ ਥੀ ਟੈਕਸੀ ਇਹਨੋਨੇ ਇੱਕ ਪੈਕੇਜ ਲਿਆ ਥਾ 18,500 ਮੇਂ ਸ਼ਿਮਲਾ ਸੇ ਮਨਾਲੀ ਕਾ ਔਰ ਜੋ ਇਹ ਮ੍ਰਿਤਕ ਹੈ ਜੋ ਤਥਾ ਅਭੀ ਮ੍ਰਿਤਕ ਬਤਾਇਆ ਗਿਆ ਹੈ ਮ੍ਰਿਤਕ ਤੋਂ ਅਭੀ ਪਤਾ ਨਹੀਂ ਲਗਾ ਕਿ ਮ੍ਰਿਤਕ ਹੈ ਕਿ ਕੈਸੇ ਹੈ ਜਬ ਤੱਕ ਜੋ ਸ਼ਬ ਨਹੀਂ ਮਿਲਤਾ ਹੈ ਤੋ ਇਨ੍ਹੀਂ ਕੀ ਇੱਕ ਟਰੈਵਲ ਏਜੰਸੀ ਹੈ ਜੋ ਇਨਕਾ ਬੇਟਾ